ਲੋਕਾਂ ਦੇ ਵਿਊ ਆ ਰਹੇ ਹਾਂ ਜੀ ਉਹੀ ਕਿ ਪੰਜਾਬੀ ਸੱਭਿਆਚਾਰ ਹੈ ਸਿੱਖ ਸੱਭਿਆਚਾਰ ਵੱਖਰਾ ਹੈ ਜਥੇਦਾਰ ਨੇ ਵੀ ਇਹ ਬਿਆਨ ਦਿੱਤਾ ਹੈ ਵੀ ਸਿੱਖ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦੋ ਵੱਖਰੇ ਨੇ ਵੱਖਰੇ ਇੱਕ ਗੱਲ ਕੀਤੀ ਤੁਸੀਂ ਸ਼ੁਰੂਆਤ ਦੇ ਵਿੱਚ ਪੰਜਾਬੀ ਸੱਭਿਆਚਾਰ ਤੇ ਨਾਲ ਕੀਤੀ ਤੁਸੀਂ ਸਿੱਖ ਸੱਭਿਆਚਾਰ ਇਹ ਦੋ ਚੀਜ਼ਾਂ 'ਚ ਬਹੁਤ ਫਰਕ ਹੈ ਇੱਕ ਭਾਸ਼ਾ ਵਿਗਿਆਨੀ ਨੇ ਤੇ ਇਹ ਵੀ ਮਤਲਬ ਇਹਦੇ ਅਰਥ ਕੱਢੇ ਨੇ ਕਿ ਜਿਹੜੀ ਬੀਬੀਆਂ ਤੇ ਬੰਦੇ ਨੱਚਦੇ ਨੇ ਇਹ ਇਹਦੇ 'ਚੋਂ ਕਾਮਾਤਮਕ ਤੁਲਨਾ ਕੀਤੀ ਇਹਦੀ ਵੀ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਚਾਹੁੰਦੇ ਹਾਂ ਉਹ ਭਾਵੇਂ ਫੌਜ ਆਪਣੀ ਕੋਈ ਕਾਰਵਾਈ ਪਾਵੇ ਭਾਵੇਂ ਖਾਲਸਾ ਪੰਥ ਪਾਵੇ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਬੁੱਤ ਮੈਟਲ ਦੇ ਬਣੇ ਆ ਇਹ ਟੁੱਟਣੇ ਨੇ ਇਹ ਬੁੱਤਾਂ ਵਾਲੇ ਨੇ ਮਤਲਬ ਮਸਲੇ ਨੇ ਕਈਆਂ ਦੇ ਜਿਹੜੇ ਚਿਹਰੇ ਸੀਗੇ ਨਕਾਬ ਸੀ ਉਹ ਲਾਹ ਵੀ ਦਿੱਤੇ ਨੇ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲੋਂ ਸਵਾਗਤ ਕਰਦਾ ਵਾਂ ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਬੁੱਤਾਂ ਦਾ ਮਾਮਲਾ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਪਹੁੰਚ ਗਿਆ ਹੈ ਕਈ ਸੱਜਣ ਕਹਿੰਦੇ ਕਿ ਇਹ ਕੌਮੀ ਮੁੱਦਾ ਨਹੀਂ ਸੀ ਕੌਮੀ ਮੁੱਦਾ ਬਣਾ ਦਿੱਤਾ ਗਿਆ ਕੁਝ ਸੱਜਣ ਕਹਿੰਦੇ ਕਿ ਨਹੀਂ ਵਾਕਿਆ ਹੀ ਇਸ ਮੁੱਦੇ ਦੇ ਉੱਪਰ ਧਿਆਨ ਬੜਾ ਚਾਹੀਦਾ ਸੀ ਇਹ ਮੁੱਦਾ ਬੜਾ ਧਿਆਨ ਮੰਗਦਾ ਸੀ ਆਓ ਆਪਾਂ ਇਸ ਮੁੱਦੇ ਦੀ ਪੂਰੀ ਜਾਣਕਾਰੀ ਲੈਂਦੇ ਹਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਉੱਘੇ ਸਮਾਜ ਸੇਵੀ ਉੱਘੇ ਸਿੱਖ ਚਿੰਤਕ ਸਰਦਾਰ ਜਸਵਿੰਦਰ ਸਿੰਘ ਰਾਜਪੁਰਾ ਜੋ ਅਕਸਰ ਹੀ ਤੁਸੀਂ ਦੇਖੋਗੇ ਕਈ ਵਾਰੀ ਵਿਵਾਦਾਂ ਦੇ ਵਿੱਚ ਵੀ ਆਏ ਹੁੰਦੇ ਨੇ ਵਿਵਾਦ ਇਹਨਾਂ ਨਾਲ ਜੁੜਦਾ ਹੈ ਕਿ ਇਹ ਵਿਵਾਦ ਵਾਲੇ ਪਾਸੇ ਜੁੜਦੇ ਨੇ ਇਹ ਮਾਮਲਾ ਤਾਂ ਪੂਰੇ ਸੰਦਰਭ ਨੂੰ ਦੇਖਣ ਤੋਂ ਬਾਅਦ ਲੱਗਦਾ ਪਰ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਜ਼ਰੂਰ ਬਣੇ ਰਹਿੰਦੇ ਨੇ ਜਿਸ ਵੇਲੇ ਜਸਵਿੰਦਰ ਰਾਜਪੁਰਾ ਦੀ ਗੱਲ ਕਰੀਏ ਤਾਂ ਇਹਨਾਂ ਨੇ ਉਸ ਧਰਨੇ ਦੇ ਉੱਪਰ ਵੀ ਬਾਖੂਬੀ ਆਪਣੇ ਬਿਆਨ ਦਿੱਤੇ ਸਮਰਥਨ ਕੀਤਾ ਔਰ ਬੁੱਤਾਂ ਦੇ ਮਾਮਲੇ ਦੇ ਵਿੱਚ ਬਹੁਤ ਸਖ਼ਤ ਸਟੈਂਡ ਲਿਆ ਆਓ ਇਹਨਾਂ ਦੇ ਕੋਲੋਂ ਪੂਰੇ ਮਾਮਲੇ ਦੀ ਆਪਾਂ ਜਾਣਕਾਰੀ ਲੈਂਦੇ ਹਾਂ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਆਉਣ ਲਈ ਇਹਨਾਂ ਦਾ ਸਵਾਗਤ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀ ਗੱਲ ਕਰੀਏ ਤੇ ਬੁੱਤਾਂ ਵਾਲਾ ਮਾਮਲਾ ਹੁਣ ਕਈ ਕਹਿੰਦੇ ਕਿ ਬੁੱਤਾਂ ਵਾਲਾ ਮਾਮਲਾ ਕੀ ਦਰਬਾਰ ਸਾਹਿਬ ਨੂੰ ਜਾਂਦਿਆਂ ਰਸਤੇ ਦੇ ਵਿੱਚ ਸੜਕ ਦੇ ਕੰਢੇ ਤੇ ਬਣੇ ਨੇ ਬੁੱਤ ਜੀ ਜੋ ਗਲਿਆਰੇ ਵਿੱਚ ਨਹੀਂ ਹੈ ਜਾਂਦੀ ਸੜਕ ਦੇ ਉੱਪਰ ਬਣੇ ਹੋਏ ਨੇ ਕੁਝ ਸੱਜਣ ਕਹਿੰਦੇ ਕਿ ਇਹ ਸਾਡਾ ਸੱਭਿਆਚਾਰ ਨਹੀਂ ਹੈ ਕੋਈ ਕਹਿੰਦੇ ਕਿ ਸਿੱਖ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ ਤਰ੍ਹਾਂ ਤਰ੍ਹਾਂ ਦੇ ਬਿਆਨ ਆ ਰਹੇ ਨੇ ਕੁਝ ਸੰਸਥਾਵਾਂ ਦੇ ਮੁਖੀ ਜਦੋਂ ਬੁੱਤ ਲੱਗੇ ਨੇ ਤੇ ਉਦਘਾਟਨ ਦੇ ਵਿੱਚ ਖਲੋਤੇ ਨੇ ਜਦੋਂ ਹੁਣ ਬੁੱਤਾਂ ਦੇ ਵੇਖਿਆ ਵੀ ਸਾਰੀ ਦੁਨੀਆ ਇੱਕ ਪਾਸੇ ਆ ਤੇ ਹੁਣ ਉਹਨਾਂ ਦੇ ਵੀ ਬਿਆਨ ਆ ਗਏ ਸੋ ਸਵਾਲ ਕਈ ਤਰ੍ਹਾਂ ਦੇ ਆ ਜਾਂਦੇ ਨੇ ਇੱਥੇ ਤੁਸੀਂ ਸਮਰਥਨ ਕੀਤਾ ਤੁਸੀਂ ਗਏ ਅਸੀਂ ਵੀ ਚੈਨਲ ਵੱਲੋਂ ਹਰ ਖਬਰ ਦੇ ਉੱਪਰ ਬਾਜ਼ ਆ ਕੇ ਰੱਖੀ ਪੂਰਾ ਮਾਮਲਾ ਦੁਨੀਆ ਦੇ ਅੱਗੇ ਰੱਖਿਆ ਇੰਨੇ ਸਾਲ ਜਥੇਦਾਰ ਦਾ ਬਿਆਨ ਨਾ ਆਉਣਾ ਐਸ ਜੀ ਪੀ ਸੀ ਦਾ ਇਸ ਮੁੱਦੇ ਦੇ ਉੱਪਰ ਸੰਜੀਦਾ ਨਾ ਹੋਣਾ ਹੁਣ ਲੋਕਾਂ ਦਾ ਰੋਹ ਵੇਖ ਕੇ ਉਹਨਾਂ ਦੇ ਵੀ ਬਿਆਨ ਆ ਜਾਣੇ ਇਹਨੂੰ ਤੁਸੀਂ ਕੀ ਮੰਨਦੇ ਪਏ ਹੋ ਮੱਖੂ ਸਾਹਿਬ ਪਹਿਲਾਂ ਤਾਂ ਸਾਨੂੰ ਸਾਰੀ ਗੱਲਾਂ ਤੋਂ ਪਹਿਲਾਂ ਸਮਝਣਾ ਪੈਣਾ ਵੀ ਸੱਭਿਆਚਾਰ ਦਾ ਮਤਲਬ ਕੀ ਹੈ ਸਿੱਖ ਸੱਭਿਆਚਾਰ ਕੀ ਹੈ ਪੰਜਾਬੀ ਸੱਭਿਆਚਾਰ ਕੀ ਹੈ ਹਿੰਦੂ ਸੱਭਿਆਚਾਰ ਕੀ ਹੈ ਮੁਸਲਿਮ ਸੱਭਿਆਚਾਰ ਕੀ ਹੈ ਯਹੂਦੀ ਸੱਭਿਆਚਾਰ ਕੀ ਹੈ ਸਭ ਤੋਂ ਪਹਿਲਾਂ ਤਾਂ ਇਹਨੂੰ ਸਮਝਣਾ ਪਹਿਲਾਂ ਆਪਾਂ ਜਰਨਲੀ ਮੋਟੀ ਜਿਹੀ ਗੱਲ ਕਰ ਲਈਏ ਵੀ ਸੱਭਿਆਚਾਰ ਕੀ ਹੈ ਸੱਭਿਆਚਾਰ ਕਿਸੇ ਖਿੱਤੇ ਦੀ ਕਿਸੇ ਕੌਮ ਦੀ ਪਹਿਚਾਣ ਹੁੰਦਾ ਉੱਥੋਂ ਪਹਿਚਾਣ ਲੱਗਦੀ ਹੈ ਕਿ ਲੋਕ ਕਿੱਦਾਂ ਦੇ ਨੇ ਕਿ ਉਹ ਹਾਂ ਉਹ ਫਲਾਨੇ ਖਿੱਤੇ ਦਾ ਉਹ ਫਲਾਨੇ ਸੱਭਿਆਚਾਰ ਦਾ ਜਿਵੇਂ ਤੁਸੀਂ ਦੇਖਦੇ ਹੋ ਪੰਜਾਬ ਦੀ ਸਾਡੀ ਧੀਆਂ ਭੈਣਾਂ ਨੇ ਸੂਟ ਪਾਉਂਦੀਆਂ ਨੇ ਬਹੁਤੇ ਅਤੇ ਬਿਹਾਰ ਜਾਂ ਦੂਜੇ ਪਾਸੇ ਦੇਖੇ ਵੀ ਸਾੜੀ ਲਾਉਂਦੀਆਂ ਨੇ ਇਹ ਸੱਭਿਆਚਾਰ ਹੈ ਇੱਕ ਜਿਹੜਾ ਸੱਭਿਆਚਾਰ ਹੈ ਇਹਦੇ ਵੱਖ ਵੱਖ ਰੂਪ ਨੇ ਭਾਸ਼ਾ ਵਿਗਿਆਨੀਆਂ ਨੇ ਇਹਦੇ ਵੱਖ ਵੱਖ ਰੂਪ ਦੱਸੇ ਨੇ ਇਹਦੇ ਤਿੰਨ ਅੰਗ ਦੱਸੇ ਨੇ ਸੱਭਿਆਚਾਰ ਦੇ ਜਿਹੜੇ ਸੱਭਿਆਚਾਰ ਵਿਗਿਆਨੀ ਨੇ ਪਹਿਲਾ ਇਹਦਾ ਅੰਗ ਹੈਗਾ ਪਦਾਰਥਕ ਸੱਭਿਆਚਾਰ ਦੂਜਾ ਇਹਦਾ ਅੰਗ ਹੈਗਾ ਪ੍ਰਤਿਮਾਨਕ ਸੱਭਿਆਚਾਰ ਤੀਜਾ ਜਿਹੜਾ ਸਭ ਤੋਂ ਇੰਪੋਰਟੈਂਟ ਹੈਗਾ ਉਹ ਹੈਗਾ ਬੋਧਾਤਮਿਕ ਸੱਭਿਆਚਾਰ ਅਤੇ ਜਿਹੜਾ ਆਹ ਬੁੱਤ ਲੱਗੇ ਨੇ ਇਹ ਕੈਟਾਗਰੀ ਆਉਂਦੀ ਹੈ ਬੋਧਾਤਮਿਕ ਸੱਭਿਆਚਾਰ ਦੀ ਅਤੇ ਇਹਦੀ ਅੱਗੇ ਜੇ ਵਿਆਖਿਆ ਕਰਨੀ ਹੋਵੇ ਇਹਨੂੰ ਦੇਖਣਾ ਹੋਵੇ ਵੀ ਇਹ ਇਹਦੇ ਅਰਥ ਕੀ ਨੇ ਇਹ ਕਿਵੇਂ ਕਿਵੇਂ ਕਿੱਥੇ ਕਿੱਥੇ ਕਿਵੇਂ ਹੈ ਹੁਣ ਇੱਕ ਗੱਲ ਕੀਤੀ ਤੁਸੀਂ ਸ਼ੁਰੂਆਤ ਦੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਨਾਲ ਕੀਤੀ ਤੁਸੀਂ ਸਿੱਖ ਸੱਭਿਆਚਾਰ ਇਹ ਦੋ ਚੀਜ਼ਾਂ 'ਚ ਬਹੁਤ ਫਰਕ ਹੈ
ਤਿੰਨ ਅੰਗ ਨੇ ਸਭਿਆਚਾਰ ਦੇ ਤੇ ਉਹਦੇ ਰੂਪ ਉਹ ਵੱਖਰੇ ਵੱਖਰੇ ਨੇ ਥਾਂ ਥਾਂ ਤੇ ਖਿੱਤਿਆਂ ਦੇ ਹਿਸਾਬ ਨਾਲ। ਸੋ ਜਿਹੜੇ ਹਿੰਦੂ ਮੰਦਿਰ ਨੇ, ਹਿੰਦੂ ਮੰਦਿਰਾਂ ਦੇ ਬਾਹਰ ਕਲਾਕ੍ਰਿਤੀਆਂ ਹੁੰਦੀਆਂ ਨੇ, ਗਣੇਸ਼ ਦੀਆਂ, ਚੂਹੇ ਦੀਆਂ, ਗਾਂ ਦੀਆਂ, ਨੰਦੀ ਦੀਆਂ, ਜਾਂ ਕੁਛ ਇਹੋ ਜਿਹੇ ਵੀ ਚਿੱਤਰ ਉੱਥੇ ਹੈਗੇ ਨੇ ਜਿਨ੍ਹਾਂ ਦੇ ਵਸਤਰ ਵੀ ਨਹੀਂ ਹੁੰਦੇ। ਠੀਕ ਹੈ, ਉੱਥੇ ਕਿਸੇ ਦੀ ਕੋਈ ਤਰ੍ਹਾਂ ਦੀ ਟਿੱਪਣੀ ਨਹੀਂ। ਕਿਉਂ? ਕਿਉਂਕਿ ਉਹਨਾਂ ਦਾ ਉਹ ਹਿੰਦੂ ਸੱਭਿਆਚਾਰ ਹੈ, ਉਹ ਹੋਣੇ ਚਾਹੀਦੇ ਨੇ, ਸਾਨੂੰ ਕੋਈ ਦਿੱਕਤ ਨਹੀਂ। ਇਸੇ ਤਰੀਕੇ ਦੇ ਨਾਲ ਯਹੂਦੀਆਂ ਦੀ ਗੱਲ ਕਰ ਲਈਏ, ਯਹੂਦੀ ਜਿਹੜਾ ਕਲਚਰ ਹੈ ਉਹਨੂੰ ਸਰਚ ਕਰੀਏ ਤਾਂ ਪਤਾ ਲੱਗਦਾ, ਜਿਹੜੇ ਉਹਨਾਂ ਦੇ ਪੈਗੰਬਰ ਹੋਏ ਨੇ ਮੂਸਾ ਜੀ, ਉਹਨਾਂ ਦੀ ਕਲਾਕ੍ਰਿਤੀਆਂ ਉਹਨਾਂ ਦੇ ਜਿਹੜੇ ਧਾਰਮਿਕ ਸਥਾਨਾਂ ਦੇ ਬਾਹਰ ਤੁਹਾਨੂੰ ਮਿਲਣਗੀਆਂ, ਉਹਨਾਂ ਦੇ ਸਿੰਬਲ ਮਿਲਣਗੇ। ਇਸੇ ਤਰੀਕੇ ਨਾਲ ਇਸਲਾਮਿਕ ਸੱਭਿਆਚਾਰ ਹੈ, ਤੁਸੀਂ ਕ੍ਰਿਸਚਨ ਸੱਭਿਆਚਾਰ ਪੜ੍ਹੋ, ਉਹਦੇ ਉੱਥੇ ਕੀ ਹੈ, ਤੁਸੀਂ ਕੋਈ ਵੀ ਜਿਹੜੀ ਇਹ ਲੈ ਲਓ ਆਪਣਾ ਚਰਚ, ਉਹਦੇ ਬਾਹਰ ਜਿਹੜੀ ਈਸਾ ਮਸੀਹ ਜੀ ਦੀ ਮਾਤਾ ਸੀ ਮੈਰੀ, ਉਹਨਾਂ ਦੀ ਫੋਟੋਆਂ ਮਿਲਣਗੀਆਂ ਤੁਹਾਨੂੰ ਆਮ ਹੀ, ਮਤਲਬ ਉਹ ਬੁੱਤ ਮਿਲਣਗੇ ਉਹਨਾਂ ਦੇ ਲੱਗੇ ਹੋਏ, ਜਾਂ ਜਿਵੇਂ ਉਹਨਾਂ ਨੂੰ ਕਤਲ ਕੀਤਾ ਗਿਆ ਈਸਾ ਜੀ ਨੂੰ, ਉਹਨਾਂ ਦੀ ਬੁੱਤ ਮਿਲਣਗੇ ਤੁਹਾਨੂੰ। ਜਿੱਥੋਂ ਪ੍ਰਤੀਤ ਹੁੰਦਾ ਕਈ ਵਾਰੀ ਉਹ ਦੂਰ ਹੋਵੇ, ਭਾਵੇਂ ਅੱਧਾ ਕਿਲੋਮੀਟਰ ਜਾਂ 500 ਮੀਟਰ ਜਾਂ 300 ਮੀਟਰ, ਸਾਨੂੰ ਪਤਾ ਲੱਗ ਜਾਂਦਾ ਕਿ ਹਾਂ ਇੱਥੇ ਕੋਈ ਚਰਚ ਹੋਊਗੀ। ਕਿਤੇ ਮੰਦਿਰ ਦੇ ਨੇੜੇ ਤੇੜੇ ਕੋਈ ਸ਼ਿਵਲਿੰਗ ਦੀ ਆਕਾਰ ਉੱਕਰਿਆ ਹੋਵੇ, ਬਣਾਇਆ ਹੋਵੇ, ਜਾਂ ਕੋਈ ਨੰਦੀ ਦੀ ਫੋਟੋ ਹੋਵੇ, ਗਾਂ ਦੀ ਮੂਰਤੀ ਬਣੀ ਹੋਵੇ, ਸਾਨੂੰ ਪਤਾ ਲੱਗ ਜਾਊਗਾ ਕਿ ਹਾਂ ਇੱਥੇ ਕੋਈ ਹਿੰਦੂ ਮੰਦਿਰ ਹੋਵੇਗਾ। ਇਸੇ ਤਰੀਕੇ ਦੇ ਨਾਲ ਇਸਲਾਮ ਵਾਲਿਆਂ ਦਾ, ਉਹਨਾਂ ਦਾ ਵੀ ਪਤਾ ਲੱਗ ਜਾਂਦਾ, ਯਹੂਦੀਆਂ ਦਾ ਵੀ ਪਤਾ ਲੱਗ ਜਾਂਦਾ। ਮੱਖੂ ਸਾਹਿਬ, ਇੱਕ ਬਹੁਤ ਵੱਡਾ ਸਵਾਲ ਹੈ, ਹਿੰਦੂ ਮੰਦਿਰਾਂ ਦੇ ਬਾਹਰ ਹਿੰਦੂ ਸੱਭਿਆਚਾਰ ਲਾਗੂ ਹੈ, ਉੱਥੇ ਸਥਾਪਿਤ ਹੈ, ਯਹੂਦੀਆਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਦੇ ਬਾਹਰ ਯਹੂਦੀ ਸੱਭਿਆਚਾਰ ਸਥਾਪਿਤ ਹੈ, ਇਸਲਾਮ ਵਾਲਿਆਂ ਦੇ ਇਸਲਾਮ ਸਥਾਪਿਤ ਹੈ, ਕ੍ਰਿਸਚਨ ਵਾਲਿਆਂ ਦੇ ਕ੍ਰਿਸਚਨ ਸੱਭਿਆਚਾਰ ਸਥਾਪਿਤ ਹੈ, ਸਿੱਖਾਂ ਵਾਰੀ ਸਿੱਖਾਂ ਦਾ ਸੱਭਿਆਚਾਰ ਕਿਉਂ ਨਹੀਂ ਬਾਹਰ? ਸਿੱਖਾਂ ਦਾ ਜਿਹੜਾ ਉੱਥੇ ਧਾਰਮਿਕ ਕੇਂਦਰ ਹੈ, ਰੂਹਾਨੀਅਤ ਦਾ, ਜਿੱਥੇ ਪੂਰੀ ਦੁਨੀਆ ਤੋਂ ਲੋਕ ਆਉਂਦੇ ਨੇ ਦਰਸ਼ਨ ਕਰਨ ਲਈ। ਇਕੱਲਾ ਦਰਬਾਰ ਸਾਹਿਬ ਨੂੰ ਨਹੀਂ ਜਾਂਦਾ, ਉਹ ਰਸਤਾ ਜਲ੍ਹਿਆਂਵਾਲੇ ਬਾਗ ਵੀ ਜਾਂਦਾ। ਤੁਸੀਂ ਜਲ੍ਹਿਆਂਵਾਲੇ ਬਾਗ ਨੂੰ ਵੀ ਜਾਂਦਾ, ਜਲ੍ਹਿਆਂਵਾਲਾ ਬਾਗ ਪਹਿਲਾਂ ਆਉਂਦਾ, ਦਰਬਾਰ ਸਾਹਿਬ ਬਾਅਦ ਵਿੱਚ ਆ ਰਿਹਾ। ਤੁਸੀਂ ਜਲ੍ਹਿਆਂਵਾਲੇ ਬਾਗ ਤੇ ਅੱਜ ਦਾ ਇਤਿਹਾਸ ਹੈ, ਦਰਬਾਰ ਸਾਹਿਬ ਕਦੋਂ ਬਣਿਆ ਸੀ? ਤੁਸੀਂ ਇਤਿਹਾਸ ਦਾ ਸੰਨ ਦੇਖੋ ਕਿ ਦਰਬਾਰ ਸਾਹਿਬ ਦੀ ਨੀਂਹ ਤੁਹਾਡੀ ਗੱਲ ਨਾਲ ਸਹਿਮਤ ਕਦੋਂ ਬਣੀ ਸੀ? ਕਦੋਂ ਬਣੀ? ਪਰ ਮੈਂ ਤੁਹਾਨੂੰ ਦੱਸ ਰਿਹਾ, ਰਸਤਾ ਦੋ ਪਾਸੇ ਜਾ ਰਿਹਾ। ਮੱਖੂ ਸਾਹਿਬ, ਜੇ ਤੁਸੀਂ ਇਹ ਗੱਲ ਕਰੋਗੇ, ਉੱਥੇ ਮੰਦਰ ਵੀ ਨੇ, ਮੰਦਰਾਂ ਨੂੰ ਵੀ ਜਾ ਰਿਹਾ, ਇਟ ਮੀਨਸ ਇਹ ਨਹੀਂ ਗਲਿਆਰੇ ਦੇ ਬਾਹਰਲੇ ਪਾਸੇ ਸ਼ਾਇਦ ਮੰਦਰ ਬਣਿਆ ਹੋਇਆ ਹੈ। ਮੈਂ ਉਹੀ ਕਹਿ ਰਿਹਾ, ਇਟ ਮੀਨਸ ਇਹ ਨਹੀਂ, ਜਿੱਥੇ ਦਰਬਾਰ ਜਿਹੜੀ ਸੰਗਤ ਆਉਂਦੀ ਹੈ, ਤੁਸੀਂ ਇਹ ਵੀ ਹੁਣ ਇੱਕ ਗੱਲ ਨੋਟ ਕਰ ਲਿਓ ਕਿ ਜਿਹੜੀ ਦੁਨੀਆ ਦੀ ਜਿਹੜੀ ਸੰਗਤ ਆਉਂਦੀ ਹੈ, ਪੰਜਾਬ ਦੀ ਸੰਗਤ ਆਉਂਦੀ ਹੈ, ਭਾਰਤ ਦੀ ਸੰਗਤ ਆਉਂਦੀ ਹੈ, ਸਭ ਤੋਂ ਵੱਧ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀ ਹੈ, ਸਿਰਫ ਜਲ੍ਹਿਆਂਵਾਲੇ ਬਾਗ ਦੇ ਦਰਸ਼ਨ ਕਰਨ ਲਈ ਜਾਂ ਉਹਨੂੰ ਦੇਖਣ ਲਈ ਨਹੀਂ ਆਉਂਦੀ। ਪੰਜਾਬ ਦੇ ਬਹੁਤੇ ਲੋਕ ਹੋਣਗੇ, ਅੱਜ ਵੀ ਪਿੰਡਾਂ ਦੇ ਮੈਨੂੰ ਮਿਲੇ ਨੇ, ਉੱਥੇ ਮੈਂ ਗਿਆ ਰਿਹਾ, ਜਾਂ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਕਿ ਅਸੀਂ ਜਲ੍ਹਿਆਂਵਾਲਾ ਬਾਗ ਦੇਖੇ ਨਹੀਂ, ਅਸੀਂ ਤਾਂ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਹਾਂ, ਬਾਹਰੋਂ ਦੇਖਿਆ। ਸਭ ਤੋਂ ਉੱਥੇ ਇੰਪੋਰਟੈਂਟ ਚੀਜ਼ ਹੈ ਸਾਡੇ ਲਈ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ, ਜਿਹੜਾ ਉਹਦਾ ਰਾਹ ਹੈ ਬਣਿਆ ਹੋਇਆ। ਕੱਲ੍ਹ ਨੂੰ ਤਾਂ ਕੋਈ ਉੱਠ ਕੇ ਇਹ ਵੀ ਕਹਿ ਦੂਗਾ ਜੀ ਉੱਥੇ ਮੰਦਰ ਬਣਿਆ ਹੋਇਆ, ਲੋਕੀ ਤਾਂ ਇੱਥੇ ਮੰਦਰ 'ਚ ਮੱਥਾ ਟੇਕਣ ਆਉਂਦੇ ਹੋ, ਤੁਸੀਂ ਦਰਬਾਰ ਸਾਹਿਬ ਦੀ ਐਵੇਂ ਗੱਲਾਂ ਕਰੀ ਜਾਂਦੇ ਹੋ। ਨਹੀਂ, ਅਸੀਂ ਇਹ ਗੱਲ ਦੇਖਣੀ ਹੈ ਕਿ ਸਾਡਾ ਧੁਰਾ ਕੀ ਹੈ, ਉੱਥੇ ਕਿਹੜਾ, ਕਿੱਥੋਂ ਸਾਡਾ ਮਤਲਬ ਸਾਰਾ ਕੁਛ ਬਣਿਆ। ਸੋ ਉਹਦੇ ਬਾਹਰ ਜਿਹੜਾ ਗਲਿਆਰਾ ਬਣਿਆ ਹੋਇਆ ਜਾਂ ਉਹ ਰਾਹ ਬਣਿਆ ਹੋਇਆ, ਤੁਸੀਂ ਲਾ ਲਓ ਉਹ ਸਾਰਾ ਪਾਰਕਿੰਗ 'ਚੋਂ ਤੁਸੀਂ ਥੱਲੇ ਉਤਰਦੇ ਹੋ, ਸਭ ਤੋਂ ਪਹਿਲਾਂ ਤੁਹਾਨੂੰ ਬੁੱਤ ਟੱਕਰਦੇ ਨੇ ਮੂਹਰੇ, ਕੁਛ ਨਹੀਂ ਮਿਲਦਾ ਹੋਰ ਉੱਥੇ। ਹੁਣ ਹੋਰ ਵੀ ਬੁੱਤ ਨੇ, ਮਹਾਰਾਜਾ ਰਣਜੀਤ ਸਿੰਘ ਦਾ ਵੀ ਬਣਾਇਆ ਹੋਇਆ, ਕੁਛ ਹੋਰ ਘੋੜ ਸਵਾਰ ਯੋਧਿਆਂ ਦਾ ਬਣਾਇਆ ਹੋਇਆ। ਸਵਾਲ ਇਹ ਹੈ ਵੀ ਉੱਥੇ ਜਿਹੜਾ ਸਿੱਖ ਸੱਭਿਆਚਾਰ ਕਿਉਂ ਨਹੀਂ ਹੈਗਾ? ਜਦੋਂ ਹਿੰਦੂਆਂ ਦੇ ਮੰਦਿਰਾਂ ਦੇ ਬਾਹਰ ਹਿੰਦੂ ਸੱਭਿਆਚਾਰ ਲਾਗੂ ਹੈ, ਜਿੰਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਦੇ ਬਾਹਰ ਉਹਨਾਂ ਦਾ ਸੱਭਿਆਚਾਰ ਲਾਗੂ ਹੈ, ਅਤੇ ਆਹ ਮਤਲਬ ਭੰਗੜੇ ਵਾਲੀ ਬੀਬੀਆਂ ਨੱਚਦੀਆਂ ਹੋਈਆਂ ਬੰਦਿਆਂ ਨਾਲ, ਇੱਕ ਭਾਸ਼ਾ ਵਿਗਿਆਨੀ ਨੇ ਤੇ ਇਹ ਵੀ ਮਤਲਬ ਇਹਦੇ ਅਰਥ ਕੱਢੇ ਨੇ ਕਿ ਜਿਹੜੀ ਬੀਬੀਆਂ ਅਤੇ ਬੰਦੇ ਨੱਚਦੇ ਨੇ ਇਹ ਇਹਦੇ 'ਚੋਂ ਕਾਮਾਤਮਕ ਤੁਲਨਾ ਕੀਤੀ ਹੈ ਇਹਦੀ ਵੀ, ਕਿ ਇਹੋ ਜਿਹੇ ਝੁੰਡ ਦੇ ਵਿੱਚ ਭੰਗੜੇ ਪਾਉਣੇ ਬੀਬੀਆਂ ਅਤੇ ਬੰਦਿਆਂ ਦੇ ਨਾਲ ਇਹਦੇ ਅਰਥ ਕਈ ਗਲਤ ਨਿਕਲਦੇ ਨੇ। ਉਹਨਾਂ ਨੇ ਤਾਂ ਇਹ ਵੀ ਅਰਥ ਕੱਢੇ ਨੇ ਕਈ ਵਿਗਿਆਨੀਆਂ ਨੇ, ਭਾਸ਼ਾ ਵਿਗਿਆਨੀਆਂ ਦੀ ਮੈਂ ਗੱਲ ਕਰ ਰਿਹਾ, ਜਿਹੜੇ ਮਤਲਬ ਸੱਭਿਆਚਾਰਕ ਵਿਗਿਆਨੀ, ਮਾਫ਼ ਕਰਨਾ, ਉਹਨਾਂ ਨੇ ਇਹਦੇ ਅਰਥ ਕੱਢੇ ਨੇ, ਮੈਂ ਨਹੀਂ ਕੱਢੇ ਕੋਲੋਂ। ਸੋ ਉਹ ਚੀਜ਼ਾਂ ਉੱਥੇ ਨਹੀਂ ਹੋਣੀ ਚਾਹੀਦੀ। ਪਿਛਲੇ ਜਿਹੀ ਜਿਹੜੀ ਟਿਕਟੋਕ 'ਤੇ ਇੱਕ ਕੁੜੀ ਦੀ ਨੱਚਣ ਗਾਉਣ ਦੀ ਵੀਡੀਓ ਵਾਇਰਲ ਹੋਈ ਹੈ, ਤੁਸੀਂ ਉਹਦੀ ਉਹ ਸੁਣ ਲਓ ਅਤੇ ਕੀ ਉਹਦੇ ਕਮੈਂਟ ਸੀਗੇ ਜਾਂ ਉਹਦੇ ਥੱਲੇ, ਕਿ ਉਹ ਜਦੋਂ ਗਈ ਹੈ ਉੱਥੇ ਮਤਲਬ ਕਿਸੇ ਨੇ ਇੱਕ ਤਾਂ ਰੋਕਿਆ ਵੀ ਨਹੀਂ ਹੈਗਾ, ਸੈਕਿੰਡ ਉਹਨਾਂ ਨੇ ਬਾਹਰ ਉਹ ਸੱਭਿਆਚਾਰ ਦੇਖਿਆ ਵੀ ਨੱਚਣ ਗਾਉਣ ਵਾਲਾ ਹੀ ਇੱਥੇ, ਕਿਉਂਕਿ ਉਹ ਦੂਜੀ ਸਟੇਟ ਦੀ ਸੀ। ਇਹ ਪੁਆਇੰਟ ਆਪਾਂ ਲੈ ਸਕਦੇ ਹਾਂ।
ਵੀ ਉਹ ਜਾ ਰਹੀ ਸੀ ਉਹਨੇ ਦੇਖਿਆ ਵੀ ਨੱਚਣ ਗਾਉਣ ਵਾਲਾ ਹੀ ਨੇ ਤੇ ਨੈਚੁਰਲੀ ਗੱਲ ਹੈ ਵੀ ਅਗਲੇ ਪਾਸੇ ਮੈਂ ਇਹ ਕੰਮ ਕਰ ਸਕਦੀ ਹਾਂ ਇਹ ਕੰਮ ਕਰ ਸਕਦੀ ਹਾਂ ਇਹ ਪੁਆਇੰਟ ਹੈ ਹਾਂ ਸੋ ਸਾਡੇ ਜਦੋਂ ਜਿਹੜਾ ਗਲਿਆਰਾ ਬਣਿਆ ਹੋਇਆ ਮੈਂ ਤਾਂ ਕਹਿੰਦਾ ਤੁਸੀਂ ਗਲਿਆਰੇ ਦੀ ਗੱਲ ਕਰਦੇ ਹੋ ਸਵਾਲ ਹੈ ਇੱਕ ਸਵਾਲ ਹੈ ਮੇਰਾ ਚਲੋ ਇਹ ਤੇ ਆਪਾਂ ਪੁਆਇੰਟ ਦੀ ਗੱਲ ਲੈ ਲਈ ਵੀ ਉਹ ਬੱਚੀ ਦੀ ਵੀਡੀਓ ਜਿਹੜੀ ਉਹ ਕਾਫੀ ਹੱਦ ਤੱਕ ਕੁਝ ਪੇਸ਼ ਕਰ ਗਈ ਵੀ ਨਾ ਤੇ ਮੈਨੂੰ ਕਿਤੇ ਲਿਖਿਆ ਮਿਲਿਆ ਨਾ ਮੈਨੂੰ ਕਿਸੇ ਨੇ ਰੋਕਿਆ ਜੀ ਹਨਾ ਤੇ ਕਿਤੇ ਨਾ ਕਿਤੇ ਉਹ ਨੱਚਣ ਗਾਉਣ ਵਾਲੀ ਜੋ ਬਾਹਰ ਦੇਖਿਆ ਉਹ ਚੀਜ਼ ਵਿਊ ਉਹ ਅੰਦਰ ਜਾ ਕੇ ਉਹ ਭੁਗਤ ਗਿਆ ਜੀ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿਉਂਕਿ ਤੁਸੀਂ ਅੱਖਾਂ ਰਾਹੀਂ ਉਸ ਦ੍ਰਿਸ਼ ਨੂੰ ਅੰਦਰ ਲਿਆਂਦਾ ਉਹ ਐਕਟ ਹੋ ਗਿਆ ਉਹ ਐਕਟ ਹੋਇਆ ਤੇ ਉਹ ਵੀਡੀਓ ਬਣੀ ਵੀਡੀਓ ਤੋਂ ਬਾਅਦ ਅਸੀਂ ਐਕਟ ਕੀਤਾ ਤੇ ਕੁੜੀ ਨੇ ਮਾਫੀ ਮੰਗ ਲਈ ਜੀ ਇਹ ਹੋ ਗਿਆ ਜੀ ਬਟ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਜਾਣੇ ਹਾਂ ਉਹ ਭਾਵੇਂ ਫੌਜ ਆਪਣੀ ਕੋਈ ਕਾਰਵਾਈ ਪਾਵੇ ਭਾਵੇਂ ਖਾਲਸਾ ਪੰਥ ਪਾਵੇ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਬੁੱਤ ਮੈਟਲ ਦੇ ਬਣੇ ਆ ਇਹ ਟੁੱਟਣੇ ਨਹੀਂ ਦੇਖੋ ਜੀ ਇਹ ਤੇ ਬਾਅਦ ਦੀ ਗੱਲਾਂ ਨੇ ਸਾਨੂੰ ਮੇਨ ਜਿਹੜਾ ਕੇਂਦਰ ਇੱਥੇ ਬੜੇ ਸਵਾਲ ਨੇ ਬੜੇ ਲੋਕਾਂ ਦੇ ਨੇ ਸਵਾਲ ਬੁੱਤ ਕਿਉਂ ਨਹੀਂ ਤੋੜੇ ਗਏ ਜੀ ਕਿਉਂ ਨਹੀਂ ਟੁੱਟੇ ਗਏ ਜੀ ਬੁੱਤ ਕਿਉਂ ਤੋੜੇ ਗਏ ਬੁੱਤ ਮੈਟਲ ਦੇ ਆ ਮੈਂ ਉਹੀ ਗੱਲ ਉਹੀ ਉਸੇ ਗੱਲ ਤੇ ਆ ਰਿਹਾ ਮੈਟਲ ਦੇ ਬੁੱਤ ਨੇ ਨਹੀਂ ਟੁੱਟ ਸਕਦੇ ਥੋੜੇ ਦੇ ਨਾਲ ਮੇਰਾ ਇੱਕ ਸਵਾਲ ਹੈ ਕਿ ਇਸ ਤੋਂ ਪਹਿਲਾਂ ਕੋਈ ਪਲਾਨ ਕੀਤਾ ਗਿਆ ਕਿ ਵਿਦਆਊਟ ਪਲਾਨ ਹੋਇਆ ਜੇ ਤੇ ਪਲਾਨ ਕੀਤਾ ਗਿਆ ਤੇ ਬੁੱਤ ਮੈਟਲ ਦੇ ਨੇ ਇਹਨਾਂ ਨੂੰ ਖਤਮ ਕਿਵੇਂ ਕੀਤਾ ਜਾਵੇ ਸਾਨੂੰ ਉਸ ਤਰੀਕੇ ਦਾ ਆਪਣਾ ਜ਼ਰੀਆ ਲੈਣਾ ਪੈਣਾ ਸੀ ਜੀ 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 ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਦੇਖਿਆ ਕਿ ਜੇ ਕਿਲਿਆਂ ਦੇ ਵਿੱਚ ਬਹਿ ਕੇ ਮੁਕਾਬਲਾ ਕੀਤਾ ਜਾਵੇ ਤੇ ਇਹ ਦੀ ਬੈਸਟ ਹੋਵੇਗਾ ਉੱਥੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਇੱਕ ਕਿਲ੍ਹਾ ਨਹੀਂ ਬਣਿਆ ਦੋ ਕਿਲ੍ਹੇ ਨਹੀਂ ਬਣੇ ਪੰਜ ਕਿਲ੍ਹੇ ਬਣੇ ਕੇਸਗੜ੍ਹ ਸਾਹਿਬ ਬਣਿਆ ਆਨੰਦਗੜ੍ਹ ਸਾਹਿਬ ਬਣਿਆ ਖੋਲਗੜ੍ਹ ਬਣਿਆ ਲੋਹਗੜ੍ਹ ਬਣਿਆ ਫਤਿਹਗੜ੍ਹ ਬਣਿਆ ਪੰਜ ਕਿਲ੍ਹੇ ਬਣੇ ਉਹਨਾਂ ਪੰਜਾਂ ਕਿਲ੍ਹਿਆਂ ਦੇ ਵਿੱਚੋਂ ਜਿਹੜੀ ਇੱਕ ਵਿਚਾਰਧਾਰਾ ਨਿਕਲੀ ਉਹ ਇਹ ਨਿਕਲੀ ਕਿ ਰੜੇ ਮੈਦਾਨ ਦੇ ਵਿੱਚੋਂ ਕੋਈ ਵੀ ਜੰਗ ਕਰਨ ਆਏਗਾ ਤਾਂ ਅਸੀਂ ਕਿਲ੍ਹਿਆਂ ਦੇ ਵਿੱਚੋਂ ਬਾਖੂਬੀ ਮੁਕਾਬਲਾ ਕਰਾਂਗੇ ਉਹ ਕਿਲ੍ਹੇ ਨਹੀਂ ਬਣੇ ਕਿਲ੍ਹਿਆਂ ਤੋਂ ਪਹਿਲਾਂ ਇੱਕ ਰਣਨੀਤੀ ਬਣੀ ਮੈਂ ਤੁਹਾਡੀ ਗੱਲ ਨਾਲ ਚੰਗੀ ਤਰ੍ਹਾਂ ਸਹਿਮਤ ਹਾਂ ਕਿਉਂਕਿ ਤੁਸੀਂ ਉੱਗੇ ਸਿੱਖ ਚਿੰਤਕ ਹੋ ਇਸ ਮਾਮਲੇ ਦੇ ਉੱਪਰ ਮੈਨੂੰ ਵੀ ਜੇ ਕੋਈ ਪੁੱਛੇ ਵੀ ਤੇਰਾ ਨਿੱਜੀ ਵਿਚਾਰ ਕੀ ਹੈ ਚੈਨਲ ਦੇ ਉੱਪਰ ਇਹ ਗੱਲ ਮੈਂ ਕਹਿ ਰਿਹਾ ਮੈਂ ਤੇਰਾ ਨਿੱਜੀ ਵਿਚਾਰ ਕੀ ਹੈ ਬੁੱਤਾਂ ਦੇ ਮਾਮਲੇ ਦੇ ਵਿੱਚ ਅਤੇ ਮੈਂ ਗੱਲ ਕਹਾਂਗਾ ਵੀ ਨਹੀਂ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਦੇ ਵਿੱਚ ਐਸੀ ਕੋਈ ਵੀ ਚੀਜ਼ ਇਕੱਲੇ ਬੁੱਤ ਨਹੀਂ ਐਸੀ ਕੋਈ ਵੀ ਚੀਜ਼ ਨਹੀਂ ਹੋਣੀ ਜਿਹੜੀ ਉਸ ਵੇਲੇ ਮੇਰੀ ਮਨੋਦਸ਼ਾ ਨੂੰ ਪ੍ਰਭਾਵਿਤ ਕਰੇ ਮੈਂ ਇਕੱਲੇ ਬੁੱਤਾਂ 'ਤੇ ਆ ਕੇ ਵੀ ਨਹੀਂ ਖੜਦਾ ਮੈਂ ਇਸ ਤੋਂ ਵੀ ਵੱਡੀ ਗੱਲ ਕਰ ਰਿਹਾ ਵਾਂ ਪਰ ਸਵਾਲ ਪੈਦਾ ਹੁੰਦਾ ਵੀ ਇੱਕ ਰਣਨੀਤੀ ਤਿਆਰ ਕਰਨੀ ਹੁੰਦੀ ਹੈ ਉਹ ਰਣਨੀਤੀ ਦੇ ਵਿੱਚੋਂ ਬੜਾ ਕੁਛ ਨਿਕਲਦਾ ਜੇ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜਦੋਂ ਪਿਤਾ ਦਾ ਸੀਸ ਝੋਲੀ ਵਿੱਚ ਪਾਉਂਦੇ ਨੇ ਨਾ ਉਹ ਸੀਸ ਨਹੀਂ ਇਕੱਲਾ ਝੋਲੀ ਵਿੱਚ ਪਾਉਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਸ ਦੇ ਨਾਲ ਮੇਰੀ ਟੱਕਰ ਹੈ ਉਹ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਹੈ ਔਰੰਗਜ਼ੇਬ ਜਿਹਦੇ ਨਾਲ ਹੁਣ ਸਾਡਾ ਅੱਗੇ ਮੁਕਾਬਲਾ ਹੋਣਾ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਤਿਆਰੀ ਐਡੀ ਜ਼ਬਰਦਸਤ ਕਰ ਲਈ ਦਿੱਲੀ ਦੀਆਂ ਫੌਜਾਂ ਸਰਹੰਦ ਦੀਆਂ ਫੌਜਾਂ ਬਾਈਧਾਰ ਦੀਆਂ ਫੌਜਾਂ ਮਲੇਰਕੋਟਲੇ ਦੀਆਂ ਫੌਜਾਂ ਲਾਹੌਰ ਦੀਆਂ ਫੌਜਾਂ ਗੜਵਾਲ ਸਾਰੀਆਂ ਫੌਜਾਂ ਜਿਹੜੀਆਂ ਨੇ ਇਹ ਰਲ ਕੇ ਵੀ ਸਾਥੋਂ ਇੰਨੇ ਮਕੀਨੇ ਦੇ ਘੇਰੇ ਬਾਅਦ ਆਨੰਦਪੁਰ ਸਾਹਿਬ ਵੇਲਾ ਨਹੀਂ ਕਰਵਾ ਸਕੇ ਇਹਨੂੰ ਕਿਹਾ ਜਾਂਦਾ ਨੀਤੀ ਕਿ ਅਸੀਂ ਇਸ ਤਰੀਕੇ ਜੇ ਸਾਨੂੰ ਪਤਾ ਹੈ ਵੀ ਇਹ ਚੀਜ਼ ਮੈਟਲ ਦੀ ਹੈ ਇਹਨੂੰ ਖਤਮ ਕਰਨ ਦਾ ਆਹ ਤਰੀਕਾ ਹੋ ਸਕਦਾ ਇਹਦਾ ਕੋਈ ਮੇਰੇ ਕਹਿਣ ਤੋਂ ਇਹ ਭਾਵ ਹੈ ਕਿ ਦੇਖੋ ਉਹਨਾਂ ਬੁੱਤਾਂ ਦਾ ਵੀ ਕੁਛ ਨਹੀਂ ਵਿਗੜਿਆ ਤੇ ਸਿੰਘਾਂ 'ਤੇ ਪਰਚਾ ਹੋ ਗਿਆ ਦੁੱਖ ਇਸ ਗੱਲ ਦਾ ਜੇ ਕੰਮ ਇੱਧਰੋਂ ਫਿਨਿਸ਼ ਹੋ ਜਾਂਦਾ ਫਿਰ ਸਾਡੇ ਕੋਲ ਮਾਮਲਾ ਇੱਕ ਸੀ ਵੀ ਇਹ ਤੇ ਗਏ ਨਿਬੜ ਹੁਣ ਸਿੰਘਾਂ ਦੇ ਜਿਹੜੇ 307 ਹੋਈ ਉਹਨੂੰ ਕਿਵੇਂ ਨਿਬੜਨਾ ਮੇਰੀ ਗੱਲ ਨੂੰ ਬੜੀ ਤਰੀਕੇ ਨਾਲ ਸਮਝੋ ਨਾ ਮੈਂ ਕਿਸ ਲੈਵਲ ਤੋਂ ਗੱਲ ਕਰਦਾ ਪਿਆ ਵਾਂ ਜੇ ਮੰਨ ਲਓ ਬੁੱਤ ਖਤਮ ਹੋ ਗਏ ਫਿਰ ਮੈਂ ਕਹਿੰਦਾ ਵੀ ਇਹਨਾਂ ਦਾ ਸਿਆਪਾ ਬੁੱਤਾਂ ਦਾ ਨਿਬੜਿਆ ਹੁਣ ਮੁੰਡੇ ਬਚਾਓ ਠੀਕ ਹੁਣ ਬੁੱਤ ਵੀ ਉਵੇਂ ਖੜੇ ਨੇ ਬੱਚਿਆਂ ਦੇ ਉੱਪਰ ਹੋ ਗਿਆ ਮੈਂ ਇਸ ਮਾਮਲੇ ਦੇ ਉੱਪਰ ਗੱਲ ਕਰਦਾ ਕਿ ਕੋਈ ਤੁਹਾਨੂੰ ਲੱਗਦਾ ਨਹੀਂ ਕਿ ਸਾਡੀ ਸੋਚ ਚੰਗੀ ਹੈ ਸਾਡਾ ਤਰੀਕਾ ਚੰਗਾ ਨਹੀਂ ਮੱਖੂ ਸਾਹਿਬ ਪਹਿਲਾਂ ਮੇਰਾ ਸਵਾਲ ਹੈ ਤੁਹਾਨੂੰ ਕਿ ਉਹ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਨੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਉਹ ਕਿਹੜੀ ਜਥੇਬੰਦੀ ਦੀ ਸੀਗੇ ਤੁਹਾਨੂੰ ਜਾਣਕਾਰੀ ਹੈ ਇਹਦੇ ਬਾਬਤ ਨਹੀਂ ਚਲੋ ਮੈਂ ਅੱਗੇ ਗੱਲ ਕਰਦਾ ਜਿਹੜੀ ਤੁਸੀਂ ਸਿੱਖ ਹਾਂਜੀ ਹਾਂਜੀ ਸਿੱਖ ਇਤਿਹਾਸ ਦੀ ਮੈਂ ਤੁਸੀਂ ਗੱਲ ਕੀਤੀ ਹੈ ਐਗਜ਼ੈਂਪਲਾਂ ਦਿੱਤੀਆਂ ਗੁਰੂ ਸਾਹਿਬਾਨ ਦੀਆਂ ਜਦੋਂ ਜਿਹੜੇ ਗਰੁੱਪ ਇੱਦਾਂ ਦੇ ਹੁੰਦੇ ਨਾ ਗੁਰੂ ਸਾਹਿਬਾਨ ਦੇ ਸਮੇਂ ਜਾਂ ਉਸ ਸਮੇਂ ਜਥੇਬੰਦੀਆਂ ਸੀਗੀਆਂ ਉਹ ਸੀਗੀਆਂ ਅੰਡਰਗਰਾਉਂਡ ਸੀਗੀਆਂ ਨਹੀਂ ਜਿਹੜੀ ਲੁਕੀ ਹੋਈਆਂ ਖਾਲਸਾ ਪੰਥ ਕਿਸ ਨੂੰ ਕਹਿੰਦੇ ਨੇ
ਖਾਲਸਾ ਪੰਥ ਕਿਸੇ ਇੱਕ ਜਥੇਬੰਦੀ ਦਾ ਆਪਾਂ ਨਾ ਕਹੀਏ, ਚਲੋ ਖੈਰ ਮੈਂ ਤੁਹਾਨੂੰ ਪੁੱਛ ਰਿਹਾ ਕਿਹੜੀ ਜਥੇਬੰਦੀ ਦੇ ਸਨ? ਮੈਂ ਉਹੀ ਗੱਲ ਕਰ ਰਿਹਾ ਵੀ ਪਹਿਲਾਂ ਤਾਂ ਤੁਹਾਡਾ ਜਿਹੜਾ ਤੁਸੀਂ ਇਤਿਹਾਸਕ ਹਵਾਲਾ ਦਿੱਤਾ ਗੁਰੂ ਸਾਹਿਬਾਨ ਦੇ ਸਮੇਂ ਦਾ, ਕਿਹੜੀ ਜਥੇਬੰਦੀ ਦੇ ਵਿੱਚੋਂ ਸਨ? ਦੇਖੋ ਜੀ ਉਹ ਪਿੰਡਾਂ ਦੇ ਨੌਜਵਾਨ ਸੀਗੇ, ਮੈਨੂੰ ਕੋਈ ਜਥੇਬੰਦੀ ਦਾ ਨਾਂ ਜਿਹੜਾ ਉਹਦੇ 'ਚ ਸ਼ਾਮਿਲ ਹਜੇ ਤੱਕ ਨਾ ਤੇ ਕਿਸੇ ਅਖਬਾਰ ਨੇ ਲਿਖਿਆ ਨਾ ਤੇ ਪੁਲਿਸ ਨੇ ਕਿਹਾ। ਉਹ ਪਿੰਡਾਂ 'ਚੋਂ ਇਕੱਠੇ ਹੋ ਕੇ, ਮੈਂ ਉਹੀ ਉੱਥੇ ਗੱਲ ਆਉਣਾ, ਪਹਿਲਾਂ ਮੈਂ ਕੰਪਲੀਟ ਕਰਨਾ ਫਿਰ ਮੈਨੂੰ ਤੁਸੀਂ ਅਗਲਾ ਸਵਾਲ ਕਰਿਓ ਕਿ ਜਿਹੜੀ ਤੁਸੀਂ ਗੁਰੂ ਸਾਹਿਬਾਨ ਦੀ ਐਗਜ਼ਾਮਪਲ ਦਿੱਤੀ ਹੈ ਉਹ ਪੂਰੇ ਪ੍ਰਪੇਅਰ ਸੀਗੇ ਇਸ ਚੀਜ਼ ਲਈ? ਉਹ 100% ਮਾਈਂਡ ਉਹਨਾਂ ਦਾ ਉੱਥੇ ਸੈੱਟ ਸੀਗਾ ਕਿ ਅਸੀਂ ਜੰਗ ਹੈ ਜਿਹੜਾ ਫਤਿਹ ਕਰਨਾ, ਤੇ ਆਹ ਨੌਜਵਾਨ ਸੀਗੇ ਇਹ ਪਹਿਲਾਂ ਮੈਨੂੰ ਲੱਗਦਾ ਕਿਤੇ ਇਹ ਉੱਥੇ ਇਨਵੋਲਵ ਨਹੀਂ ਹੋਏ ਉਸ ਮੂਵਮੈਂਟ ਦੇ ਵਿੱਚ। ਉੱਥੇ ਧਰਨੇ ਲੱਗੇ, ਉੱਥੇ ਮੁਜ਼ਾਹਰੇ ਹੋਏ, ਉੱਥੇ ਮੰਗ ਪੱਤਰ ਦਿੱਤੇ ਗਏ। ਮੈਨੂੰ ਲੱਗਦਾ ਵੀ ਕਿ ਉਹ ਨੌਜਵਾਨ ਜਜ਼ਬਾਤੀ ਹੋ ਕੇ ਉਹ ਇਹ ਚੀਜ਼ ਜਦੋਂ ਉਹਨਾਂ ਦੀ ਮੰਗ ਹੈ ਸਰਕਾਰ ਨੇ ਨਹੀਂ ਮੰਨੀ ਤੇ ਉਹ ਤੋੜਨ ਲਈ ਚਲੇ ਗਏ। ਇਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਤੇ ਇਹਦੇ ਅਰਥ ਵੀ ਇਹੀ ਨਿਕਲਦੇ ਨੇ। ਮੇਰਾ ਮਾਮਲਾ ਇਹ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਗਿਆ ਜੀ ਬਈ ਠੀਕ ਹੈ, ਇਸ ਤੋਂ ਪਹਿਲਾਂ ਅਸੀਂ ਸਬਰ ਵਾਲਾ ਮਾਮਲਾ। ਹਾਂ, ਜੇਕਰ ਕੋਈ ਸੁਹਿਰਦ, ਕੋਈ ਸਿਆਣੇ ਬੰਦੇ, ਕੋਈ ਸੀਨੀਅਰ ਜਥੇਬੰਦੀ ਇੱਦਾਂ ਦਾ ਰਿਐਕਟ ਕਰਦੀ ਤੇ ਉੱਥੇ ਆਪਾਂ ਇਹ ਕਮੈਂਟ ਕਰਦੇ, ਪਰ ਇਹ ਤੇ ਨੌਜਵਾਨ ਸੀਗੇ ਜਜ਼ਬਾਤੀ ਹੋ ਕੇ ਉਹ ਤੋੜਨ ਲਈ ਚਲੇ ਗਏ। ਉਹਨਾਂ ਨੂੰ ਕੀ ਸੀ ਕਿ ਸਰਕਾਰ ਨੇ ਸਾਡੀ ਨਹੀਂ ਮੰਗ ਮੰਨੀ, ਅਸੀਂ ਇਹਨੂੰ ਤੋੜਾਂਗੇ। ਉਹਨਾਂ ਕੋਲ ਕੋਈ ਪਲੈਨਿੰਗ ਨਹੀਂ ਸੀ ਇਹ ਮੈਂ ਮੰਨਦਾ, ਪਰ ਇੱਥੇ ਸਵਾਲ ਹੈ ਮੱਖੂ ਸਾਹਿਬ, ਬੇਸ਼ੱਕ ਉਹਨਾਂ ਤੇ ਪਰਚਾ ਦਰਜ ਹੋ ਗਿਆ, ਚਲੋ ਕੌਮ ਦੇ ਉੱਤੇ ਹੁੰਦੇ ਵੀ ਆਏ ਨੇ, ਉਹ ਰੱਦ ਵੀ ਹੋ ਜਾਣਗੇ, ਇਹ ਰੱਦ ਹੋ ਜਾਣਗੇ, ਰੱਦ ਵੀ ਹੋ ਜਾਣਗੇ। ਹਾਂ, ਪਰ ਉਹਨਾਂ ਨੇ ਕੌਮੀ ਇਹ ਜਜ਼ਬਾਤ ਖਲੋ ਗਏ, ਉਹਨਾਂ ਨੇ ਬੇਸ਼ੱਕ ਉਹ ਟੁੱਟੇ ਨਹੀਂ ਪਰ ਨਾ ਟੁੱਟਣ ਦੇ ਬਾਵਜੂਦ ਵੀ ਟੁੱਟ ਗਏ ਨੇ, ਕਿਉਂਕਿ ਸਰਕਾਰ ਦੇ ਉੱਤੇ ਸਿੱਖਾਂ ਦਾ, ਕੌਮ ਦਾ ਪੂਰਾ ਧਿਆਨ ਚਲੇ ਗਿਆ ਕਿ ਇਹ ਚੀਜ਼ਾਂ ਦਰਬਾਰ ਸਾਹਿਬ ਦੇ ਰਾਹ ਦੇ ਵਿੱਚ ਨਹੀਂ ਹੋਣੀ ਚਾਹੀਦੀਆਂ। ਤੇ ਮੈਂ ਤੁਹਾਡੇ ਉਹਨੂੰ ਵੀ ਪਤਾ ਲੱਗ ਗਿਆ, ਇੰਜ ਆਪਾਂ ਕਹਿ ਸਕਦੇ ਜੀ 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 ਕਿ ਬੁੱਤ ਭਾਵੇਂ ਉੱਥੋਂ ਨਹੀਂ ਖਤਮ ਹੋਏ, ਲੋਕਾਂ ਦੇ ਦਿਲਾਂ 'ਚ ਜ਼ਰੂਰ ਖਤਮ ਹੋ ਗਏ, ਆ ਪਲੱਸ ਪੁਆਇੰਟ ਆਪਾਂ ਲੈ ਸਕਦੇ। ਬਿਲਕੁਲ ਬਿਲਕੁਲ। ਸੋ ਅਸਲ ਦੇ ਵਿੱਚ ਹੁੰਦਾ ਕੀ ਹੈ ਮੱਖੂ ਸਾਹਿਬ, ਕੋਈ ਵੀ ਜਦੋਂ ਐਕਸ਼ਨ ਕਰਨਾ ਹੁੰਦਾ ਕਿਸੇ ਨੇ ਵੀ, ਜਾਂ ਕੋਈ ਜੰਗ ਲੜਨੀ ਹੁੰਦੀ ਹੈ, ਕੋਈ ਮੁੱਦਾ ਚੱਕਣਾ ਹੁੰਦਾ, ਕੋਈ ਲਹਿਰ ਖੜੀ ਕਰਨੀ ਹੁੰਦੀ ਹੈ, ਜੇਤਾ ਹੋ ਜਾਵੇ ਸਫਲ, ਫਿਰ ਤੇ ਹੋ ਜਾਂਦੀ ਬੱਲੇ ਬੱਲੇ ਬੰਦੇ ਦੀ, ਜਾਂ ਉਹ ਸੰਸਥਾ ਦੀ, ਜਾਂ ਨੌਜਵਾਨ ਜਿਹੜੇ ਵੀ ਕਰਨ, ਜੇ ਉਹ ਫੇਲ ਹੋ ਜਾਣ ਨਾ ਤੇ ਉਹਨਾਂ ਦੇ ਫਿਰ ਮਤਲਬ ਸਵਾਲ ਹੀ ਰਹਿ ਜਾਂਦੇ ਅੱਗੇ ਪਿੱਛੇ। ਉਹ ਇਹ ਹੁੰਦਾ ਹੀ ਇਦਾਂ ਹੀ ਆ ਸਾਨੂੰ। ਹੁਣ ਤੁਹਾਨੂੰ ਕੀ ਲੱਗਦਾ ਪਿਆ? ਮੈਨੂੰ ਇਹ ਲੱਗਦਾ ਕਿ ਉਹ ਨੌਜਵਾਨਾਂ ਦੀ ਜਿਹੜੀ ਭਾਵਨਾ ਸੀਗੀ ਉਹ ਬੁੱਤ ਹਟਾਉਣ ਦੀ ਸੀਗੀ, ਤਾਂ ਕਿ ਉੱਥੋਂ ਜਿਹੜੇ ਬੁੱਤ ਨੇ ਦਰਬਾਰ ਸਾਹਿਬ ਤੋਂ ਸਰਕਾਰ ਨਹੀਂ ਮੰਗਾਂ ਮੰਨ ਰਹੀ, ਕਿਉਂਕਿ ਧਰਨੇ ਵੀ ਲਾ ਲਏ, ਮੁਜ਼ਾਹਰੇ ਵੀ ਕਰ ਲਏ, ਸੋਸ਼ਲ ਮੀਡੀਆ ਰਾਹੀਂ ਅਪੀਲਾਂ ਕਰ ਲਈਆਂ, SGPC ਨੂੰ ਲੈਟਰ ਦਿੱਤੇ ਨੇ, DC ਨੂੰ ਦਿੱਤੇ ਨੇ, ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਨੇ, ਹੋਇਆ ਸਭ ਤੇ ਮਤਲਬ ਸਾਰਾ ਕੁਝ ਕਰਨ ਤੋਂ, ਜਾਂ ਤਾਂ ਇਹ ਗੱਲ ਮੰਨਦੇ ਨਾ ਇਹ ਸਾਰਾ ਪ੍ਰਕਰਮ ਨਾ ਹੁੰਦਾ ਤੇ ਮਤਲਬ ਸਿੱਖ ਜਾ ਕੇ ਮਤਲਬ ਤੋੜਨ ਲੱਗ ਜਾਂਦੇ। ਤੇ ਕਈਆਂ ਨੇ ਤਾਂ ਇਹ ਵੀ ਕਿਹਾ ਭਾਈ ਵੀ ਇਹ ਤੇ ਤਾਲੇਬਾਨੀ ਸੋਚ ਹੈ, ਉਹ ਤਾਲੇਬਾਨੀ ਹੁੰਦੀ ਉਹ ਮੈਮੋਰੈਂਡਮ ਕਿਉਂ ਦਿੰਦੇ? ਮੈਨੂੰ ਇੱਕ ਗੱਲ ਦੱਸੋ, ਤਾਲੀਬਾਨ ਵਾਲੇ ਨੇ ਕਦੇ ਕਿਸੇ ਨੂੰ ਮੈਮੋਰੈਂਡਮ ਦਿੱਤਾ ਜਾ ਕੇ ਕਿ ਸਾਡੀ ਆਹ ਮੰਗ ਹੈ ਜੀ ਆਹ ਪੂਰੀ ਕਰ ਦਿਓ? ਤਾਲੀਬਾਨ ਕਦੇ? ਇਹ ਸਿੱਖਾਂ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਆਹ ਚੀਜ਼ਾਂ ਸਾਡਾ ਸਿੱਖ ਸੱਭਿਆਚਾਰ ਦਾ ਹਿੱਸਾ ਨਹੀਂ, ਇਹਨੂੰ ਹਟਾਓ, ਉਹਨੂੰ ਕਿਤੇ ਬੱਸ ਸਟੈਂਡ ਦੇ ਉੱਤੇ ਲਾ ਦਿਓ, ਕਿਸੇ ਸਿੱਖ ਨੂੰ ਨਹੀਂ ਇਤਰਾਜ਼ ਹੋਊਗਾ, ਕਿਸੇ ਹੋਰ ਧਰਮਸ਼ਾਲਾ ਦੇ ਵਿੱਚ ਲਾ ਦਿਓ, ਕਿਸੇ ਹੋਰ ਚੌਂਕ ਦੇ ਵਿੱਚ ਲਾ ਦਿਓ, ਤੇ ਦਰਬਾਰ ਸਾਹਿਬ ਦੇ ਜਾਂਦੇ ਰਸਤੇ ਕਿਉਂ ਲਾਇਆ? ਸਾਡਾ ਉੱਥੇ ਦਿੱਖ ਹੋਣੀ ਚਾਹੀਦੀ ਸਿੱਖ ਸੱਭਿਆਚਾਰ ਦੀ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ। ਇਹ ਬੱਚਿਆਂ ਦੀ ਆਪਾਂ ਇੱਕ ਗੱਲ ਕਹਿਤੀ ਵੀ ਭਾਵਨਾ ਸਹੀ ਸੀ ਜੀ ਜੀ, ਪਲਾਨਿੰਗ ਜਿਹੜੀ ਸੀ ਉਹ ਹੋ ਸਕਦਾ ਨਹੀਂ ਸੀ। ਹਾਂ ਜੀ ਜੀ, ਕਿਉਂਕਿ ਕਈ ਵਾਰੀ ਕੋਈ ਕਿਸੇ ਜਜ਼ਬਾਤੀ ਹੋ ਕੇ ਜਜ਼ਬਾਤੀ ਹੋ ਕੇ ਗਏ, ਸੋਚ ਮਾੜੀ ਨਹੀਂ ਸੀ, ਆਪਾਂ ਸਹਿਮਤ ਹੋ ਗਏ ਜੀ। ਪਰਚਾ ਹੋ ਗਿਆ, ਪਰਚੇ ਰੱਦ ਹੋ ਜਾਣਗੇ ਕਿਉਂਕਿ 307 ਬੁੱਤਾਂ ਦੇ ਉੱਪਰ ਨਹੀਂ ਗਏ ਲੱਗਦੇ, ਇਹ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ। ਪਰ ਹੁਣ ਜਿਹੜੀ ਅਗਲੀ ਗੱਲ ਮੈਂ ਤੁਹਾਨੂੰ ਪੁੱਛਣ ਲੱਗਾ ਵਾਂ, ਇਹਨਾਂ ਬੁੱਤਾਂ ਦੇ ਮਾਮਲੇ ਦੇ ਵਿੱਚ ਜਦੋਂ ਧਰਨਾ ਲੱਗਾ ਆ ਜੀ, ਕੀ ਤੁਹਾਡੀ ਸਹਿਮਤੀ ਸੀ? ਨਹੀਂ ਜੀ, ਦੇਖੋ ਉੱਥੇ ਸਾਰੀ ਸਿੱਖ ਜਥੇਬੰਦੀਆਂ ਦੀ ਕਾਲ ਆਈ ਸੀ ਸਾਨੂੰ ਕਿ ਸੰਤੋਖ ਸਰ ਗੁਰਦੁਆਰਾ ਸਾਹਿਬ ਹੈ ਜਿਹੜਾ ਪਾਰਕਿੰਗ ਦੇ ਬਿਲਕੁਲ ਸਾਹਮਣੇ ਹੈ, ਉੱਥੇ ਇਕੱਠਾ ਹੋਇਆ ਜਾਵੇ, ਉੱਥੇ ਸਾਰਿਆਂ ਨੂੰ ਇਕੱਤਰਿਤ ਹੋਈ, ਅਸੀਂ ਉੱਥੇ ਹੀ ਗਏ ਸੀਗੇ। ਪਰ ਸਾਡੇ ਤੋਂ ਪਹਿਲਾਂ ਕੁਝ ਸਿੱਖ ਜਥੇਬੰਦੀਆਂ ਇਸ ਗੱਲ 'ਤੇ ਉੱਥੇ ਅੜ ਗਈਆਂ ਕਿ ਅਸੀਂ ਧਰਨਾ ਉਦੋਂ ਤੱਕ ਐਲਾਨ ਕਰ ਚੁੱਕੇ, ਸਾਡੇ ਤੋਂ ਪਹਿਲਾਂ ਹੀ ਐਲਾਨ ਕਰ ਚੁੱਕੇ ਸੀ ਕਿ ਇਹ ਬੁੱਤਾਂ ਨੂੰ ਅਸੀਂ ਉਦੋਂ ਤੱਕ ਜਦੋਂ ਤੱਕ ਚੁੱਕਿਆ ਨਹੀਂ ਜਾਂਦਾ। ਜਵਾਬ ਦਿਓ, ਪ੍ਰਸ਼ਾਸਨ ਨੇ ਉਸ ਤੋਂ ਪਹਿਲਾਂ ਜਦੋਂ ਤੁਹਾਨੂੰ 31 ਤੱਕ ਦਾ ਟਾਈਮ ਲੈ ਲਿਆ, 30 ਤਰੀਕ ਤੱਕ, 30 ਤਰੀਕ ਤੱਕ ਟਾਈਮ ਲੈ ਲਿਆ ਜੀ ਜੀ, ਤੁਸੀਂ 30 ਤਰੀਕ ਤੱਕ ਇੰਤਜ਼ਾਰ ਨਹੀਂ ਕੀਤਾ, ਤੁਸੀਂ ਧਰਨਾ ਲਾ ਲਿਆ? ਨਹੀਂ, ਅਸੀਂ ਨਹੀਂ ਲਾਇਆ ਉੱਥੇ, ਉੱਥੇ ਮਤਲਬ ਬਾਕੀ ਮਤਲਬ ਮੇਰੀ ਗੱਲ ਨੂੰ ਸਮਝੋ, ਇੱਕ ਪਾਸੇ ਸਾਡੇ ਆਉਣ ਤੋਂ ਪਹਿਲਾਂ ਧਰਨਾ ਲੱਗਿਆ ਹੋਇਆ ਸੀਗਾ ਬੁੱਤਾਂ ਦੇ ਬਾਹਰ, ਅਤੇ ਦੂਜੇ ਪਾਸੇ ਜਿਹੜਾ ਸੰਤੋਖ ਸਰ ਗੁਰਦੁਆਰਾ ਉੱਥੇ ਸਾਰੀ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਹੋਏ ਸੀਗੇ, ਜਿੰਨੀ ਵੀ ਜਥੇਬੰਦੀਆਂ ਨੇ, ਅਤੇ ਉਹ ਸਾਰਿਆਂ ਦੀ ਇਹ ਸੀਗੀ ਆਪਾਂ ਵਿਚਾਰ ਕਰੀਏ। ਪਰ ਇੰਨੇ ਨੂੰ ਉੱਥੇ ਪ੍ਰਸ਼ਾਸਨ ਨਾਲ ਜਿਹੜੀ ਮੀਟਿੰਗ ਹੋਈ ਹੈ, ਉਹਨਾਂ ਨੇ ਜਥੇਬੰਦੀਆਂ ਨੂੰ ਇਹੀ ਕਿਹਾ, ਬੇਨਤੀ ਕੀਤੀ ਕਿ ਅਸੀਂ 30 ਤਰੀਕ ਤੱਕ ਦਾ ਜਿਹੜਾ ਬੁੱਤਾਂ ਦਾ ਹਟਾਉਣ ਦਾ ਸਮਾਂ ਮੰਗਦੇ ਹਾਂ, ਤੁਹਾਡੇ ਸਾਨੂੰ ਦਿਓ, ਅਸੀਂ ਬੁੱਤ ਹਟਾ ਦੇਵਾਂਗੇ। ਪਰ ਇੱਕ ਧੜਾ ਜਿਹੜਾ ਜਥੇਬੰਦੀਆਂ ਦਾ ਉੱਥੇ ਇਸ ਗੱਲ ਲਈ ਅੜ ਗਿਆ
ਕਿ ਜਦੋਂ ਤੱਕ ਬੁੱਤ ਨਹੀਂ ਚੁੱਕੇ ਜਾਂਦੇ ਉੱਥੇ ਇਹ ਗੱਲ ਹੋਈ ਹੈ ਸੋ ਉੱਥੇ ਕੁਝ ਜਿਹੜੀ ਜਥੇਬੰਦੀਆਂ ਨੇ ਬੈਠੀਆਂ ਨੇ ਕਿ ਜਦੋਂ ਤੱਕ ਵੀ ਜਿਹੜਾ ਇਹ ਧਰਨਾ ਉਹ ਨਹੀਂ ਚੁੱਕਿਆ ਆਪਣਾ ਬੁੱਤ ਨਹੀਂ ਚੁੱਕੇ ਜਾਂਦੇ ਅਸੀਂ ਧਰਨਾ ਨਹੀਂ ਚੁੱਕਾਂਗੇ ਉਹ ਕਹਿੰਦੇ ਵੀ ਸਰਕਾਰਾਂ ਇਹੋ ਜਿਹੇ ਬੜੀ ਵਾਰੀ ਦਲੀਲਾਂ ਦੇ ਚੁੱਕੀਆਂ ਨੇ ਅਸੀਂ ਇਹਨੂੰ ਨਹੀਂ ਮੰਨਦੇ ਇਹ ਵੀ ਗੱਲ ਹੈ ਹੁਣ ਇਹਨਾਂ ਗੱਲਾਂ ਨੂੰ ਬੜਾ ਇਹ ਔਖਾ ਹੈਗਾ ਮਤਲਬ ਵਿਚਾਰਨਾ ਗਰਾਊਂਡ ਤੇ ਜਾ ਕੇ ਮਤਲਬ ਤੁਸੀਂ ਖੁਦ ਵਿਚਰਦੇ ਹੋ ਪਤਾ ਲੱਗਦਾ ਕਿ ਉਹ ਮੌਕੇ ਤੇ ਜਾ ਕੇ ਪਤਾ ਨਹੀਂ ਹੁੰਦਾ ਕੀ ਸਿਚੁਏਸ਼ਨ ਬਣ ਜਾਵੇ ਅਸੀਂ ਕਰਨ ਕਈ ਵਾਰ ਕੁਛ ਹੋਰ ਜਾਂਦੇ ਹਾਂ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਰਨਾ ਕੁਛ ਹੋਰ ਪੈਣਾ ਜਾਂਦਾ ਸੋ ਸਮੁੱਚਾ ਜਿਹੜਾ ਪ੍ਰਕਰਨ ਹੈ ਇਸ ਗੱਲ ਦੀ ਸਾਨੂੰ ਪੂਰੀ ਕੌਮ ਦਾ ਜਿਹੜਾ ਧਿਆਨ ਹੈ ਦਰਬਾਰ ਸਾਹਿਬ ਵੱਲ ਉੱਥੇ ਹੋਰ ਵੀ ਕਈ ਚੀਜ਼ਾਂ ਵੱਲ ਸੰਗਤ ਦਾ ਗਿਆ ਕਿ ਉਹ ਨਹੀਂ ਹੋ ਸਕਦੀ ਆ ਪਹਿਲੀ ਭੁੱਖ ਹੜਤਾਲ ਭਾਵੇਂ ਸਕਸੈਸ ਨਹੀਂ ਸੀ ਹੋਈ ਬੰਦੀ ਸਿੰਘਾਂ ਨੂੰ ਲੈ ਕੇ ਰੱਖੀ ਸੀ ਕੌਮ ਦੇ ਵਿੱਚ ਬੰਦੀ ਸਿੰਘਾਂ ਦਾ ਪਤਾ ਲੱਗ ਗਿਆ ਪਤਾ ਲੱਗ ਗਿਆ ਸੀ ਆਪਾਂ ਗੁਰਬਖਸ਼ ਸਿੰਘ ਵੇਲੇ ਦੀ ਵੀ ਗੱਲ ਕਰੀਏ ਚਲੋ ਮੈਂ ਤੁਹਾਡੀ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਸੁਣਿਆ ਜੀ ਤੇ ਇਹਦੇ ਉੱਪਰ ਆਪਾਂ ਆਪੋ ਆਪਣੇ ਵਿਚਾਰ ਦਿੱਤੇ ਜੀ ਪਰ ਜਿਹੜੇ ਸੱਜਣ ਜਦੋਂ ਬੁੱਤ ਲੱਗੇ ਹੈ ਔਰ ਮੁਖੀ ਸੱਜਣ ਜਥੇਬੰਦੀਆਂ ਦੇ ਜਾਂ ਲੀਡਰਾਂ ਦੇ ਉੱਥੇ ਮੌਜੂਦ ਸਨ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਡੀਸੀ ਨਾਲ ਸ਼ਾਮ ਨੂੰ ਸਾਡੀ ਜਦੋਂ ਮੀਟਿੰਗ ਹੋਈ ਹੈ ਉੱਥੇ ਤੇ ਡੀਸੀ ਨੇ ਪਹਿਲਾਂ ਕਿਹਾ ਸੀਗਾ ਵੀ ਜਿਹੜੀ ਪਰਮਿਸ਼ਨ ਹੈ ਤੇ ਉਹ ਤੇ SGPC ਨੇ ਦਿੱਤੀ ਹੋਈ ਹੈ ਟੂਰਿਜ਼ਮ ਡਿਪਾਰਟਮੈਂਟ ਦੇ ਅੰਦਰ ਆਉਂਦਾ ਇਹ ਵੀ ਤੁਸੀਂ ਉਹਨੂੰ ਕਿਉਂ ਨਹੀਂ ਪੁੱਛਿਆ ਉਹ ਕਿੱਥੇ ਸੀ ਉਦੋਂ ਉਹ ਨਾ ਉਹਨੂੰ ਤਾਂ ਪਤਾ ਨਾ ਕਿ ਸਾਡਾ ਹੁਣ ਤੇ ਜਥੇਦਾਰ ਕਹਿ ਰਿਹਾ ਜਾਂ SGPC ਕਿ ਇਹ ਸਿੱਖ ਸੱਭਿਆਚਾਰ ਹੈ ਜਦੋਂ ਪਰਮਿਸ਼ਨ ਦਿੱਤੀ ਉਦੋਂ ਤੁਹਾਨੂੰ ਪਤਾ ਨਹੀਂ ਸੀ ਸੱਭਿਆਚਾਰ ਦਾ ਕਿ ਉਦੋਂ ਬਾਦਲ ਦਾ ਰਾਜ ਸੀ ਉਦੋਂ ਸੱਭਿਆਚਾਰ ਬਦਲ ਗਿਆ ਸ਼੍ਰੋਮਣੀ ਕਮੇਟੀ ਨੇ ਪਰਮਿਸ਼ਨ ਦਿੱਤੀ ਉਹਨਾਂ ਕੋਲ ਲੈਟਰ ਹੈ ਉਹ ਤੇ ਸਾਨੂੰ ਇਦਾਂ ਕਰਕੇ ਦਿਖਾ ਰਹੇ ਨੇ ਦੱਸੋ ਹਾਂ ਕੀ ਜਵਾਬ ਦੇਵਾਂਗੇ ਅਸੀਂ ਤੁਸੀਂ ਕਹਿੰਦੇ ਵੀ ਸਰਕਾਰ ਦੇ ਮਤਲਬ ਗੱਲ ਪੈ ਰਹੇ ਹੋ ਸਰਕਾਰ ਤੇ ਐਲੀਗੇਸ਼ਨ ਲਾ ਰਹੇ ਹੋ SGPC ਨੂੰ ਪੁੱਛੋ ਸੋ ਇਹ ਸਾਰੀ ਗੱਲਾਂ ਜਥੇਬੰਦੀਆਂ ਦੇ ਮੁਖੀ ਵੀ ਸੀ ਉੱਥੇ ਬਿਲਕੁਲ ਉਹ ਹੁਣ ਤੁਸੀਂ ਦੇਖੋ ਜਿਹੜੀ ਪਾਰਟੀ ਦੇ ਬੰਦੇ ਮੌਕੇ ਤੇ ਹਾਜ਼ਰ ਸੀ ਜਿਹੜੇ ਉੱਥੇ ਆਪਣੇ ਆਪ ਨੂੰ ਸੰਤ ਬਣਦੇ ਨੇ ਉਹ ਬੰਦੇ ਹਾਜ਼ਰ ਸੀਗੇ ਉਹ ਸਾਰੀ ਜਿਹੜੀ ਉਹ ਬੰਦ ਸੀਗੀ ਬਿੱਲੀ ਜਿਹੜੀ ਬਾਹਰ ਆ ਗਈ ਹੈ ਇਹਨਾਂ ਦੀ ਵੀ ਕਿਹੜਾ ਕਿਹੜਾ ਬੰਦਾ ਕਿ ਉੱਥੇ ਕਿਹੜਾ ਰੋਲ ਸੀਗਾ ਕਿਸ ਦਿਨ ਕਿਹੜੇ ਬੰਦੇ ਨੇ ਉੱਥੇ ਸਪੀਚ ਕੀਤੀ ਸੀ ਤੇ ਕਿਹੜਾ ਬੰਦਾ ਇਹਦੇ ਹੱਕ 'ਚ ਸੀਗਾ ਵੀਡੀਓ ਆ ਗਈਆਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ 1% ਵੀ ਰੋਲ ਨਹੀਂ ਰਿਹਾ ਮੈਂ ਕਹਿੰਦਾ ਜੇ ਇਹਨੂੰ ਡੀਪਲੀ ਹੋਰ ਸਟੱਡੀ ਕੀਤਾ ਜਾਵੇ ਇਹ ਬੁੱਤਾਂ ਵਾਲੇ ਨੇ ਮਤਲਬ ਮਸਲੇ ਨੇ ਕਈਆਂ ਦੇ ਜਿਹੜੇ ਚਿਹਰੇ ਸੀਗੇ ਨਕਾਬ ਸੀ ਉਹ ਲਾ ਵੀ ਦਿੱਤੇ ਨੇ ਇਹ ਵੀ ਆਪਾਂ ਦੇਖੀਏ ਕਈਆਂ ਦੇ ਚਿਹਰਿਆਂ ਦੇ ਉੱਤੇ ਨਕਾਬ ਵੀ ਲਾਇਆ ਵੀ ਜਿਨ੍ਹਾਂ ਨੂੰ ਤੁਸੀਂ ਸਾਰਾ ਕੁਛ ਆਪਣਾ ਸਮਝਦੇ ਹੋ ਆਪਣੇ ਆਗੂ ਸਮਝਦੇ ਹੋ ਆਪਣੇ ਸੰਤ ਸਮਝਦੇ ਹੋ ਸਮਾਜ ਸਮਝਦੇ ਹੋ ਤੇ ਉਹਨਾਂ ਦੇ ਜਿਹੜੇ ਚਿਹਰੇ ਉਹ ਕੀ ਨੇ ਇਹ ਗੱਲ ਵੀ ਸਾਡੇ ਸਾਹਮਣੇ ਆਈ ਹੈ ਸੋ ਸਾਨੂੰ ਹੁਣ ਚਾਹੀਦਾ ਇਹ ਹੈ ਕਿ ਉਹ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਪਰਚੇ ਰੱਦ ਕਰਵਾਈਏ ਕਿਉਂਕਿ ਉਹ ਜਜ਼ਬਾਤੀ ਹੋ ਕੇ ਗਏ ਹੈ ਕਿਤੇ ਨਾ ਕਿਤੇ ਜੇ ਕਹਿ ਲਈਏ ਵੀ ਪਲਾਨ ਭਾਵੇਂ ਨਹੀਂ ਸੀ ਮੈਥਡ ਸਹੀ ਨਹੀਂ ਸੀ ਤੁਸੀਂ ਇੱਕ ਗੱਲ ਦੇਖੋ ਮਖੂ ਸਾਹਿਬ ਜੇ ਉਹ ਨੌਜਵਾਨਾਂ ਨੇ ਬੁੱਤ ਤੋੜੇ ਨੇ ਉਹਨਾਂ ਦਾ ਵਿਰੋਧ ਬੜਾ ਆਏ ਦਿਨ ਅੰਬੇਦਕਰ ਜੀ ਦੀ ਮੂਰਤੀ ਤੋੜੀ ਜਾਂਦੀ ਬੁੱਤ ਤੋੜਿਆ ਜਾਂਦਾ ਉੱਥੇ ਇੱਕ ਵੀ ਪਰਚਾ ਦਰਜ ਨਹੀਂ ਇਹਨਾਂ ਦੇ 307 ਕਿਉਂ ਲਾਤੀ ਹੈ ਅੰਬੇਦਕਰ ਜੀ ਸਾਡੇ ਦਲਿਤ ਸਮਾਜ ਆ ਮਤਲਬ ਕਈ ਸਮਾਜਿਕ ਕਾਰਜਾਂ ਦੇ ਮੋਹਰੀ ਰਹੇ ਨੇ ਜਦੋਂ ਜਿਹੜੇ ਉੱਚ ਵਰਗ ਵਾਲੇ ਲੋਕ ਨੇ ਉਹਨਾਂ ਨੂੰ ਨੀਵਾਂ ਦਿਖਾਉਣ ਲਈ ਅੰਬੇਦਕਰ ਜੀ ਦਾ ਬੁੱਤ ਤੋੜਦੇ ਨੇ ਉੱਥੇ ਤਾਂ ਕੋਈ ਪਰਚਾ ਨਹੀਂ ਮੈਂ ਤੇ ਦੇਖਿਆ ਨਹੀਂ ਅੱਜ ਤੱਕ ਕੀਤਾ ਇੱਥੇ ਜਿਹੜੇ ਸਾਡੇ ਗੁਰੂ ਘਰ ਦੇ ਬਾਹਰ ਜਿਹੜਾ ਸਿੱਖੀ ਦਾ ਧੁਰਾ ਕੇਂਦਰ ਹੈ ਲੱਗਦਾ ਨਹੀਂ ਕਿ ਸਾਰੇ ਗੱਲ ਕਹਿ ਰਹੇ ਕਿ 307 ਰੱਦ ਹੋਣੀ ਚਾਹੀਦੀ 307 ਰੱਦ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਸਗੋਂ 307 ਨੂੰ ਰੱਦ ਕਰਨ ਦੀ ਬਜਾਏ ਕੋਰਟ 'ਚ ਚੈਲੰਜ ਕਰਨਾ ਚਾਹੀਦਾ ਸਰਕਾਰ ਮੁੜ ਕੇ ਕਹੀ ਵੀ ਰੱਦ ਕਰਨਾ ਤੇ ਤੁਸੀਂ ਮੁੜ ਕੇ ਕਹੋ ਨਹੀਂ ਹੁਣ ਇਹ ਦੱਸੋ ਵੀ ਲੱਗੀ ਕਿਵੇਂ ਸੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਇੱਕ ਤਰੀਕਾ ਸਰਕਾਰ ਨੂੰ ਫਸਾਉਣ ਦਾ ਦੇਖੋ ਜੀ ਦੋ ਗੱਲਾਂ ਨੇ ਇਹਦੇ ਵਿੱਚ ਕੋਰਟਾਂ ਦੇ ਰਵੱਈਏ ਹਮੇਸ਼ਾ ਸਰਕਾਰ ਪੱਖੀ ਹੁੰਦੇ ਨੇ 95-99% ਜੋ ਪੁਲਿਸ ਕਹਿ ਦੇਵੇ ਉਹੀ ਕੋਰਟਾਂ ਮੰਨਦੀਆਂ ਹੁੰਦੀਆਂ ਨੇ ਸੋ ਪੁਲਿਸ ਨੂੰ ਹੁਣ ਵੀ ਜੋ ਕਹਾਂਗੇ ਉਹਨੇ ਵੀ ਕੋਰਟ ਦੇ ਵਿੱਚ ਲਿਖ ਕੇ ਦੇਣਾ ਵੀ ਅਸੀਂ ਇਨਕੁਆਇਰੀ ਕੀਤੀ ਹੈ ਉਹਦੇ 'ਚ 307 ਨਹੀਂ ਬਣਦੀ ਕੋਰਟ 'ਚ ਵੀ ਲਾ ਦਈਏ ਕੋਰਟ ਨੇ ਫਿਰ ਕਿਹੜਾ ਪੁਲਿਸ ਨੂੰ ਫਾਹੇ ਟੰਗ ਦੇਣਾ ਅੱਗੇ ਕਿੰਨੇ ਅਫਸਰ ਨੇ ਝੂਠੇ ਪੁਲਿਸ ਮੁਕਾਬਲੇ 'ਚ ਫਸੇ ਨੇ ਤੁਰੇ ਹੀ ਫਿਰਦੇ ਨੇ ਸੋ ਠੀਕ ਹੈ ਅਸੀਂ ਉਹ ਕਾਨੂੰਨੀ ਲੜਾਈ ਲੜਨੀ ਹੈ ਜਿੰਨੀ ਹੋਵੇ ਪਰ ਜੋ ਮੰਗ ਇਹਨਾਂ ਰਾਹੀਂ ਮਨਾਈ ਜਾ ਸਕਦੀ ਉਹ ਕੋਰਟਾਂ ਰਾਹੀਂ ਵੀ ਉਹੀ ਹੋਣਾ ਹੁੰਦਾ ਜੀ ਦਿਲ ਦੀਆਂ ਗਹਿਰਾਂ ਤੋਂ ਵੀਰ ਜੀ ਅਸੀਂ ਤੁਹਾਡੇ ਧੰਨਵਾਦੀ ਹਾਂ ਜੀ ਸਮੇਂ ਸਮੇਂ ਤੇ ਸਾਡੇ ਅਕਾਲ ਚੈਨਲ ਦੇ ਸਟੂਡੀਓ ਵਿੱਚ ਆ ਕੇ ਤੁਸੀਂ ਆਪਣੇ ਨਿੱਘੇ ਪਿਆਰੇ ਵਿਚਾਰ ਰੱਖਦੇ ਹੋ ਪੰਥਕ ਮੁੱਦਿਆਂ ਵਿੱਚ ਬੜੇ ਤੁਸੀਂ ਸਰਗਰਮ ਹੋ ਪ੍ਰਮਾਤਮਾ ਕਿਰਪਾ ਕਰੇ ਅਸੀਂ ਸਦਾ ਤੁਹਾਡੇ ਨਾਲ ਹਾਂ ਤੁਹਾਨੂੰ ਇਸੇ ਤਰੀਕੇ ਨਾਲ ਜ਼ਬਰਦਸਤ ਜਜ਼ਬਾ ਬਖਸ਼ੇ ਤੁਸੀਂ ਕੌਮੀ ਮੁੱਦਿਆਂ ਨੂੰ ਅੱਗੇ ਲੈ ਕੇ ਚੱਲੋ ਸੋ ਦਰਸ਼ਕੋ ਇਹ ਸਨ ਸਰਦਾਰ ਜਸਵਿੰਦਰ ਸਿੰਘ ਰਾਜਪੁਰਾ ਜਿਨ੍ਹਾਂ ਨੇ ਬੁੱਤਾਂ ਦੇ ਮਾਮਲੇ ਦੇ ਉੱਪਰ ਵਿਚਾਰਾਂ ਕੀਤੀਆਂ ਨੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜਦੋਂ ਅਸੀਂ ਚੈਨਲ 'ਤੇ ਬੈਠੇ ਹੁੰਦੇ ਹਾਂ ਉਦੋਂ ਸਾਨੂੰ ਲੋਕ ਕੀ ਕਹਿੰਦੇ ਨੇ ਇਹ ਸਵਾਲ ਇੱਕ ਵਾਰੀ ਪੁੱਛਣਾ ਪੈਂਦਾ ਵੀ ਆਹ ਲੋਕ ਆਹ ਕਹਿੰਦੇ ਨੇ ਫਿਰ ਕਈ ਸੱਜਣ ਪਤਾ ਕੀ ਕਹਿੰਦੇ ਪੂਰੀ ਵੀਡੀਓ ਨੂੰ ਦੇਖ ਕੇ ਦੇਖੋ ਜੀ ਇੱਕ ਤਾਂ ਆਹ ਕਹਿ ਰਿਹਾ ਸੀ ਦੂਜਾ ਆਹ ਪੁੱਛ ਰਿਹਾ ਸੀ
ਕਦੀ ਵੀ ਪੱਤਰਕਾਰ ਜਿਹੜਾ ਆ ਪੱਤਰਕਾਰ ਗੈਸਟ ਦੇ ਨਾਲ ਮੈਚ ਲਗਾ ਕੇ ਫਰੈਂਡਲੀ ਮੈਚ ਲਗਾ ਕੇ ਇੰਟਰਵਿਊ ਨਹੀਂ ਕਰ ਸਕਦਾ। ਲੋਕਾਂ ਦੇ ਨੈਗੇਟਿਵ ਤੇ ਪੋਜ਼ਿਟਿਵ ਦੋਵੇਂ ਵਿਚਾਰਾਂ ਨੂੰ ਲੈ ਕੇ ਉਹਨੇ ਆਪਣਾ ਸਵਾਲ ਤਿਆਰ ਕਰਕੇ ਅੱਗੇ ਰੱਖਣਾ ਹੁੰਦਾ। ਭਾਈ ਜਵਾਬ ਦਿਓ, ਨੈਗੇਟਿਵ ਆ ਕਹਿ ਰਹੇ ਨੇ, ਪੋਜ਼ਿਟਿਵ ਆ ਕਹਿ ਰਹੇ ਨੇ। ਸੋ ਇਸ ਕਰਕੇ ਮੈਂ ਦੋਨਾਂ ਵਿਚਾਰਾਂ ਨੂੰ ਲੈ ਕੇ ਇਹ ਸਵਾਲ ਪੁੱਛਿਆ ਤਾਂ ਕਿ ਉਹਨਾਂ ਨੂੰ ਵੀ ਜਵਾਬ ਮਿਲ ਜਾਵੇ ਜਿਹੜੇ ਨੈਗੇਟਿਵ ਸਵਾਲ ਕਰਦੇ ਨੇ, ਜਿਹੜੇ ਪੋਜ਼ਿਟਿਵ ਕਰਦੇ ਨੇ ਉਹਨਾਂ ਨੂੰ ਵੀ ਜਵਾਬ ਮਿਲ ਜਾਵੇ। ਸੋ ਆਪਣੇ ਸਿੱਖ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।